रूबरू देख रहे सारे दर्शकों का साड़ी सारी टीम के वालों असं स्वागत करते हैं जी। सो मित्रों तुम्हें पता ही है कि रूबरू के कलात्मक पक्ष में भरपूर सजना के नाल बुलाते रहने उस लड़ी के तहत अज असी तुहानू जिवें सिंगरां दे नाल भी मिलवाया असी तुहानू राइटरां दे नाल भी मिलवाया अज पर्दे दे पिछे जिहड़े सारिआं तों वध कम करदे ने ते अज तक दे सब तों वध गाने रिलीज़ किए ने उहनां दे नाल तुहानू मिलवाउण जा रहे हां भाजी सुरेंद्र बचन। भाजी भाजी बहुत बहुत प्यार तुहानू जी, सति श्री अकाल, बहुत बहुत स्वागत तुहाडा तुसीं इत्थे आए। भाजी एक क्वेश्चन ही तुहानू पुछणा बणदा जी वी इहो जिहा किहड़ा सिंगर है जिहनूं म्यूजिक तुसीं नहीं दित्ता? ਨਵਿਆਂ 'ਚ ਤਾਂ ਮੋਸਟਲੀ ਹੈਪਨ, ਜਿਹੜੇ ਪੁਰਾਣਿਆਂ 'ਚ ਮੈਂ ਜਦੋਂ ਸ਼ੁਰੂ ਹੋਇਆ ਸੀ ਸੁਰਿੰਦਰ ਕੌਰ ਜੀ ਤੋਂ ਲੈ ਕੇ ਬੱਬੂ ਮਾਨ ਤੱਕ ਤਾਂ ਮੈਂ ਪੂਰਾ ਕੰਮ ਕੀਤਾ। ਕਿਆ ਬਾਤ ਹੈ ਜੀ। ਫਿਰ ਵਿੱਚ ਗੈਪ ਮੇਰਾ 6-7-8 ਸਾਲ ਦਾ ਮੈਂ ਪਾਇਆ, ਹੁਣ ਦੁਬਾਰਾ ਫਿਰ ਦੁਬਾਰਾ ਸ਼ੁਰੂ ਕੀਤਾ ਵੋਇਸ ਆਫ ਪੰਜਾਬ ਜਿੱਦਾਂ ਲਿਟਲ ਚੈਂਪ ਸ਼ੁਰੂ। ਜੀ 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 ਜੀ। ਅੱਛਾ ਸਰ ਤੁਸੀਂ ਇਸ ਤੋਂ ਪਹਿਲਾਂ ਵੀ ਆਪਣੀ ਗੱਲ ਚੱਲੀ ਹੈ ਕਿ ਅਪਰੋਕਸੀਮੇਟਲੀ ਗਾਣੇ ਕਿੰਨੇ ਹੋ ਗਏ ਹੋਣਗੇ ਇੰਡਸਟਰੀ ਦੇ ਵਿੱਚ ਆਪਣੇ? ਮੈਂ 16,000 ਮੇਰਾ ਗਾਣਾ ਮਾਰਕੀਟ 'ਚ ਹੈ। ਉਹ ਵੀ ਨੋਰਮਲੀ ਦੱਸ ਰਹੀ ਮੈਂ 16,000 ਆਇਆ। 2,000 ਐਲਬਮ, ਇੱਕ ਐਲਬਮ 'ਚ 8 ਗਾਣੇ ਹੁੰਦੇ ਆ ਜੀ, ਪਰ ਜਿਹੜਾ ਮਾਰਕੀਟ 'ਚ ਅਵੇਲੇਬਲ ਹੈਗਾ ਉਹ ਮੇਰੇ ਖਿਆਲ ਨਾਲ ਇੰਨਾ ਹੈ, 2,000 ਐਲਬਮ। ਮਤਲਬ ਫਿਰ ਵੀ ਨੋਰਮਲ ਦੱਸ ਰਹੇ ਨੇ 16,000 ਵਰਗੀ ਅਮਾਊਂਟ ਨੂੰ, ਮਤਲਬ ਨੋਰਮਲ ਦੱਸ ਰਹੇ ਕਿ 16,000 ਆਇਆ। ਕਿਆ ਬਾਤ ਹੈ ਭਾਜੀ। ਭਾਜੀ ਕਦੇ ਕੋਈ ਦਿਲੀ ਖੁਆਇਸ਼ ਰਹੀ ਆ ਜੋ ਅਧੂਰੀ ਰਹਿ ਗਈ ਹੋਵੇ ਕਿ ਯਾਰ ਵੀ ਉਹ ਬੰਦੇ ਨਾਲ ਮਿਊਜ਼ਿਕ ਕਰਨਾ ਸੀ ਅਤੇ ਉਹ ਬਾਈ ਲੱਖ ਬੰਦਾ ਕਦੇ ਨਾ ਮਿਲਿਆ ਹੋਵੇ? ਨਹੀਂ, ਕੋਸ਼ਿਸ਼ ਤਾਂ ਸੀ ਲਤਾ ਜੀ ਜਿੱਦਾਂ ਕਿ ਉਹਨਾਂ ਨੂੰ ਮੈਂ ਰਿਕਾਰਡ ਕਰਾਂ। ਮੈਂ ਬੋਲੀਵੁੱਡ ਵੀ ਕਾਫੀ ਸਿੰਗਰਸ ਜੀ ਜੀ ਬੋਲੀਵੁੱਡ ਦੇ ਵੀ ਆਲਮੋਸਟ ਜਿੰਨੇ ਵੀ ਹੈ ਸਿੰਗਰਸ, ਆਸ਼ਾ ਜੀ, ਕਵਿਤਾ ਕ੍ਰਿਸ਼ਨਾਮੂਰਤੀ ਜੀ, ਸਾਧਨਾ ਸਰਗਮ, ਲੇਟੈਸਟ ਜਿਹੜੇ ਜਸਪਿੰਦਰ ਜੀ, ਰਿਚਾ ਸ਼ਰਮਾ, ਸਾਰਿਆਂ ਨੂੰ ਰਿਕਾਰਡ ਕੀਤਾ। ਪਰ ਇੱਕ ਚਾਹ ਹੈ ਕਿ ਲਤਾ ਜੀ ਨੂੰ ਰਿਕਾਰਡ ਕਰੀਏ, ਪਰ ਹੁਣ ਬਜ਼ੁਰਗ ਹੋ ਗਏ। ਲੇਕਿਨ ਫਿਰ ਵੀ ਇੱਕ ਆਪਾਂ ਮੰਨ ਸਕਦੇ ਕਿ ਉਹਨਾਂ ਦੀ ਆਵਾਜ਼ ਹੈ, ਅਤੇ ਕਦੇ ਟਰਾਈ ਕੀਤਾ ਕਿ ਉਹਨਾਂ ਦੇ ਕਿਸੇ ਪੁਰਾਣੇ ਗੀਤ ਨੂੰ ਆਪਾਂ ਰੀਮੇਕ ਕਰਕੇ ਉਹਦੇ 'ਚ ਕੁਛ ਨਵਾਂ ਫਲੇਵਰ ਕਰਕੇ ਅਤੇ ਆਪਾਂ ਦਰਸ਼ਕਾਂ ਨੂੰ ਦਈਏ? ਨਹੀਂ, ਅਜੇ ਪੰਜਾਬੀ ਵਾਲੀ ਇੰਨਾ ਜ਼ਿਆਦਾ ਧਿਆਨ ਆ ਕਿ ਪੰਜਾਬੀ ਸੀ ਮੇਰੇ ਲਤਾ ਜੀ ਨੂੰ ਪੰਜਾਬੀ ਕੁਛ ਗਵਾਇਆ ਜਾਵੇ। ਕਿਆ ਬਾਤ ਹੈ। ਪੰਜਾਬੀ ਹੁਣ ਆਪਣੀ ਭਾਸ਼ਾ, ਜਿਹੜਾ ਮਜ਼ਾ ਬਹੁਤ ਆਉਂਦਾ ਬੋਲਣ 'ਚ ਵੀ, ਬੜਾ ਮਜ਼ਾ ਆਉਂਦਾ ਅਤੇ ਕੰਪੋਜ਼ ਕਰਨ 'ਚ ਵੀ ਜੀ। ਅਤੇ ਜਿੰਨੇ ਵੀ ਬੋਲੀਵੁੱਡ ਦੇ ਸਿੰਗਰ ਮੋਸਟਲੀ ਉਹਨਾਂ ਨੂੰ ਮੈਂ ਪੰਜਾਬੀ ਹੀ ਗਵਾਇਆ ਸਾਰਾ। ਓਕੇ, ਹਾਂਜੀ ਭਾਅ ਜੀ, ਤੁਸੀਂ 14 ਸਾਲਾਂ ਦੀ ਉਮਰ ਦੇ ਵਿੱਚ, ਮਹਿਜ 14 ਸਾਲਾਂ ਦੀ ਉਮਰ ਦੇ ਵਿੱਚ ਤੁਸੀਂ ਇੱਕ ਰੁਤਬਾ ਹਾਸਿਲ ਕਰ ਲਿਆ ਸੀ। ਸਭ ਤੋਂ ਪਹਿਲਾ ਗਾਣਾ ਭਾਅ ਜੀ ਕਿਹੜਾ ਆਪਾਂ ਹਿੱਟ ਹੋਇਆ ਸੀ? ਮੇਰਾ ਸੀ ਪਹਿਲਾਂ ਸੁਰਿੰਦਰ ਸ਼ਿੰਦੇ ਜੀ ਦਾ, ਜਦ ਮੀਆਂ ਬੀਬੀ ਰਾਜੀ ਐਲਬਮ ਆਈ ਸੀ HMV ਤੋਂ ਜੀ। ਉਦੋਂ ਸੀ ਡੋਲੀ ਵਹਿ ਗਈ ਖੇੜਿਆਂ ਦੀ, ਰਾਂਝੇ ਚਾਕ ਨੇ ਦਹੱਤਰ ਪੱਟੀ ਮਾਰੀ, ਛਿੰਦਾ ਜੀ ਦੀ ਕਲੀ ਬੜੀ ਮਸ਼ਹੂਰ ਹੋਈ ਸੀ। ਫਿਰ ਜਦ ਮੀਆਂ ਬੀਬੀ ਰਾਜੀ ਪਹਿਲੀ ਐਲਬਮ ਸੀ ਮੇਰੀ, 89 'ਚ ਮੈਂ ਮਿਊਜ਼ਿਕ ਸ਼ੁਰੂ ਕੀਤਾ ਸੀ। ਅਸਲ 'ਚ ਦੋ ਐਲਬਮ ਕੀਤੀ, ਇੱਕ ਸੁਲਫੇ ਦੀ ਲਾਟ, ਅਲਾਪ ਕੰਪਨੀ ਸੀ ਚੰਨੀ ਸਿੰਘ ਉਹਨਾਂ ਦੀ ਬ੍ਰਦਰ ਦੀ, ਉਦੋਂ ਭੁਪਿੰਦਰ ਬੱਬਲ ਤੁਸੀਂ ਜਾਣਦੇ ਹੋ, ਟੁੱਟ ਪੈਣੇ ਨੇ ਜਲੇਬੀ ਮਾਰੀ, ਇਹ ਦੋ ਐਲਬਮ ਪਹਿਲਾਂ ਮੇਰੀਆਂ ਰਿਲੀਜ਼ ਹੋਈਆਂ ਸੀ। ਭਾਅ ਜੀ 14 ਸਾਲਾਂ ਦੀ ਉਮਰ ਦੇ ਵਿੱਚ ਕਿਹੜੀ ਐਵੇਂ ਦੀ ਜ਼ਿੰਮੇਵਾਰੀ ਆਉਣ ਪਈ ਸੀ ਕਿ ਤੁਸੀਂ ਇੱਧਰ ਨੂੰ ਲਾਈਨ ਦੇ ਵਿੱਚ ਆਉਣਾ ਚਾਹਿਆ? ਨਹੀਂ, ਉਹ ਵੱਡੇ ਬ੍ਰਦਰ ਜਿਹੜੇ ਵਰਿੰਦਰ ਬੱਚਨ ਜੀ ਜੀ, ਉਹ ਆਪਣੇ ਆਪ 'ਚ ਬਹੁਤ ਵੱਡੇ ਮਿਊਜ਼ਿਕ ਡਾਇਰੈਕਟਰ ਸੀ ਜੀ ਜੀ ਜੀ, ਅਤੇ ਉਹ ਮੈਨੂੰ ਲੈ ਜਾਂਦੇ ਸੀ ਨਾਲ ਆਪਣੇ ਜੀ, ਕਿ ਮੈਂ ਸਭ ਤੋਂ ਛੋਟਾ ਸੀ, ਫਾਈਨੈਂਸ਼ਲੀ ਘਰੋਂ ਕੋਈ ਪ੍ਰੋਬਲਮ ਨਹੀਂ ਸੀ ਜੀ, ਪੜ੍ਹਿਆ ਲਿਖਿਆ ਮੈਂ ਬਹੁਤ ਘੱਟ, ਕਿਉਂਕਿ ਜ਼ਿਆਦਾ ਲਾਡਲਾ ਸੀ ਜੀ। ਉੱਥੇ ਪਾਪਾ ਜੀ ਕਹਿੰਦੇ ਸੀ ਇਹਨੂੰ ਆਪਣੇ ਨਾਲ ਜੋੜ, ਅਤੇ ਮੈਂ ਉਹਦਾ ਨਾਲ ਦੇਖਦਾ ਰਹਿੰਦਾ ਸੀ ਨਾਲ ਨਾਲ ਕੀ ਕੰਪੋਜ਼ ਹੋ ਰਿਹਾ ਕੀ ਨਹੀਂ। ਇੱਕ ਦਿਨ ਬ੍ਰਦਰ ਨੇ ਕਿਹਾ ਕਿ ਮੈਨੂੰ ਕਿ ਯਾਰ ਮੈਂ ਉੱਪਰ ਬਹਿਣਾ, ਤੂੰ ਗਾਣਾ ਬਣਾ, ਅਤੇ ਮੈਂ ਗਾਣਾ ਬਣਾਇਆ। ਸੁਰਿੰਦਰ ਸ਼ਿੰਦੇ ਜੀ ਦਾ ਹੀ ਸੀ, ਉਹ ਕੈਸਟ ਪਵਾਉਣ ਆਏ ਹੋਏ ਸੀ ਬ੍ਰਦਰ ਕੋਲ, ਅਤੇ ਉਹਨਾਂ 'ਚ ਇੱਕ ਗਾਣਾ ਮੈਂ ਕਿਹਾ ਚਲੋ ਮੈਂ ਬਣਾਉਣਾ, ਮੈਂ ਮਜ਼ਾਕ ਮਜ਼ਾਕ 'ਚ ਗਾਣਾ ਬਣਾਇਆ, ਉਹ ਗਾਣਾ ਕੁਦਰਤੀ ਉਹ ਸਾਰੀ ਐਲਬਮ 'ਚ ਉਹ ਗਾਣਾ ਚੱਲ ਪਿਆ। ਅਤੇ ਫਿਰ ਜਦੋਂ ਸ਼ਿੰਦੇ ਜੀ ਆਏ ਅਤੇ ਉਹ ਮੇਰੇ ਬ੍ਰਦਰ ਨੂੰ ਕਹਿੰਦੇ ਮੈਂ ਸੁਰਿੰਦਰ ਦਾ ਮਿਊਜ਼ਿਕ ਲੈਣਾ ਚਾਹੁੰਦਾ, ਉਹ ਸ਼ਿੰਦੇ ਜੀ ਦਾ ਬਹੁਤ ਵੱਡਾ ਨਾਮ ਹੈ ਉਸ ਵੇਲੇ, ਬਹੁਤ ਵੱਡਾ ਸੀ ਜੀ ਜੀ ਜੀ, ਅਤੇ ਫਿਰ ਲੋਕਾਂ ਦਾ ਵੀ ਝੁਕਾਓ ਕਿ ਇੰਨਾ ਵੱਡਾ ਸਿੰਗਰ ਇਹ ਛੋਟੇ ਜਿਹੇ ਬੰਦੇ ਨਾਲ ਮਿਊਜ਼ਿਕ ਲੈ ਰਿਹਾ ਔਰ ਕਿਉਂ ਲੈ ਰਿਹਾ, ਉਹ ਕਿਊਰੀਓਸਿਟੀ ਸੀ ਜਿਹੜੀ ਉਹਨਾਂ ਦੀ ਉਹ ਡਬਲ ਹੋ ਗਈ। ਹਾਂਜੀ, ਐਵੇਂ ਦੀ ਕੀ ਖਾਸੀਅਤ ਹੈ ਇੱਕ 14 ਸਾਲ ਦੇ ਮੁੰਡੇ ਦੇ ਵਿੱਚ ਜਿਹਨੂੰ ਸੁਖਜਿੰਦਰ ਸ਼ਿੰਦਾ ਜੀ ਕਹਿ ਰਹੇ ਨੇ ਕਿ ਹਾਂ ਵੀ ਤੂੰ ਮਿਊਜ਼ਿਕ ਕਰ? ਫਿਰ ਮੈਂ ਉਹਨਾਂ ਨੂੰ ਕਿਹਾ ਜੀ ਮੇਰੀ ਇੱਕ ਸ਼ਰਤ ਹੈ ਜੀ, ਮਿਊਜ਼ਿਕ ਮੈਂ ਕਰ, ਇੱਕ ਤਾਂ ਮੇਰੇ ਮਿਸ਼ਨ ਪੂਰੇ ਚਾਹੀਦੇ ਮੈਨੂੰ। ਅੱਛਾ ਜੀ।
ਉਸ ਟਾਈਮ ਇਹ ਹੁੰਦਾ ਸੀ ਬਜਟ ਬੜਾ ਐਚ ਵੀ ਵਾਲੇ ਹੈ, ਅਤੇ ਮੈਂ ਕਿਹਾ ਮੇਰੀ ਫੋਟੋ ਆਉਣੀ ਚਾਹੀਦੀ ਹੈ, ਮੈਨੂੰ ਪੇਮੈਂਟ ਪੂਮੈਂਟ ਦਾ ਕੋਈ ਮਤਲਬ ਨਹੀਂ ਹੈ, ਉਹ ਮੇਰੀ ਰੈਪਰ 'ਚ ਫੋਟੋ ਜ਼ਰੂਰ ਆਉਣੀ ਚਾਹੀਦੀ, ਮੇਰਾ ਇਹ ਲਾਲਚ ਹੈ, ਅਤੇ ਫਿਰ ਮੈਂ ਇਸ ਸ਼ਰਤ 'ਤੇ ਮਿਊਜ਼ਿਕ ਸ਼ੁਰੂ ਕਰ ਲਿਆ ਮੈਂ ਕਿਹਾ ਬਾਤ ਹੈ, ਅਤੇ ਬਸ ਇਹ ਉਹਦੀ ਕਿਰਪਾ ਕਿ ਬਸ ਐਲਬਮ ਹਿੱਟ ਹੋ ਗਈ ਜੀ। ਅਸਲ ਦੇ ਵਿੱਚ ਕਿਰਪਾ ਨਹੀਂ, ਅਸਲ ਦੇ ਵਿੱਚ ਨਾ ਕਿ ਜਿਹੜੀ ਤੁਸੀਂ ਪਹਿਲਾਂ ਹੀ ਗੱਲ ਕੀਤੀ ਕਿ ਤੁਸੀਂ ਕੋਈ ਪੈਸੇ ਦਾ ਲਾਲਚ ਨਹੀਂ ਸੀ ਉਹਦੇ ਪਿੱਛੇ, ਉਹ ਸਿਰਫ ਇਹ ਸੀ ਕਿ ਇੱਕ ਐਫਰਟ ਕਰ ਰਹੇ ਸੀ ਤੁਸੀਂ ਵੱਡਾ ਕਿ ਆਪਣੇ ਆਪ ਨੂੰ ਪੇਸ਼ ਕਰਨਾ ਸੀ ਤੁਸੀਂ, ਉਹ ਪਹਿਲੀ ਪ੍ਰੈਜੈਂਟੇਸ਼ਨ ਸੀ ਤੁਹਾਡੀ ਅਤੇ ਹੋ ਗਿਆ ਪਰਮਾਤਮਾ ਵੱਲੋਂ ਹੀ ਹੋ ਗਿਆ, ਤਾਂ ਅਸੀਂ ਤਾਂ ਜ਼ਰੀਆ ਬਣ ਗਏ ਨਹੀਂ, ਲੇਕਿਨ ਸਿੱਖਦੇ ਰਹੇ ਜੀ। ਭਾਅ ਜੀ ਤੁਸੀਂ ਉਹਨਾਂ ਵੇਲਿਆਂ ਤੋਂ ਕੰਮ ਕਰਦੇ ਆ ਰਹੇ ਹੋ ਜਦੋਂ ਮਤਲਬ ਉਹ ਪੱਥਰ ਦੇ ਤਵੇ ਚੱਲਦੇ ਸੀ, ਰਿਕਾਰਡ ਚੱਲਦੇ ਸੀ ਜੀ ਜੀ, ਅਤੇ ਅੱਜ ਫੋਨਾਂ ਦੇ ਵਿੱਚ ਸਾਰਾ ਕੁਛ, ਹਾਂ ਜੀ ਸਾਰਾ ਕੁਛ, ਕਿਵੇਂ ਅਪਡੇਟ ਕਰਦੇ ਆਏ ਤੁਸੀਂ ਆਪਣੇ ਆਪ ਨੂੰ? ਮੈਂ ਜਦੋਂ ਸ਼ੁਰੂ ਹੋਏ ਤੋਂ ਸਕੂਲ 'ਚ ਮੈਂ ਰਿਕਾਰਡਿੰਗ, ਪੱਥਰਾਂ ਤੋਂ ਬਾਅਦ 'ਚੋਂ ਮੈਂ ਆਇਆ, ਕਿਉਂਕਿ ਉਮਰ ਅਜੇ ਠੀਕ ਠਾਕ ਹੀ ਹੈ ਪਰ ਕੰਮ ਜਲਦੀ ਸ਼ੁਰੂ ਹੋ ਗਿਆ ਸੀ, ਕੰਮ ਜਲਦੀ ਸ਼ੁਰੂ ਹੋ ਗਿਆ ਜਿਹਦੇ ਨਾਲ ਮੈਂ ਸਕੂਲ ਤੋਂ 2 ਟਰੈਕ ਤੋਂ ਸ਼ੁਰੂ ਹੋਇਆ ਸੀ, ਫਿਰ 4 ਟਰੈਕ ਆਇਆ, ਫਿਰ 8 ਟਰੈਕ ਆਇਆ, ਫਿਰ ਉਹ ਵੀਡੀਓ ਜਿੱਦਾਂ ਵਿਆਹ ਵਾਲੀ ਵੀਡੀਓ ਜਿਹਦੀ ਹੁੰਦੀ ਹੈ ਉਹਦੇ 'ਚ 8 ਡੈਟ ਕਹਿੰਦੇ ਆਪਾਂ, ਉਹਦੇ 'ਚ ਰਿਕਾਰਡਿੰਗ ਸ਼ੁਰੂ ਹੋ ਗਈ, ਫਿਰ ਹਾਈ 8 ਸ਼ੁਰੂ ਹੋ ਗਈ, ਫਿਰ ਡਿਜੀਟਲ ਐਪ ਸ਼ੁਰੂ ਹੋ ਗਿਆ ਸਾਰਾ ਸਿਸਟਮ। ਪਰ ਲੇਕਿਨ ਲਾਈਵ 'ਚ ਅਸੀਂ ਪਹਿਲੇ ਪੂਰੇ 80-80 ਮਿਊਜ਼ੀਸ਼ੀਅਨ ਸਾਰੇ ਬੈਠਦੇ ਸੀ, ਫਿਰ ਰੀਟੇਕ ਨਹੀਂ ਹੁੰਦਾ ਸੀ ਗਾਣਾ, ਗਾਣਾ ਸ਼ੁਰੂ ਹੋ ਗਿਆ, ਸਿੰਗਰ ਵੀ ਸਾਹਮਣੇ ਗਾ ਰਿਹਾ, ਮਿਊਜ਼ੀਸ਼ੀਅਨ ਵੀ ਨਾਲ ਪਲੇ ਕਰ ਰਹੇ ਹੈ, ਉਦੋਂ 2 ਟਰੈਕ ਕਹਿੰਦੇ ਸੀ ਅਸੀਂ ਰਿਕਾਰਡਿੰਗਸ, ਗਾਣਾ ਸ਼ੁਰੂ ਹੋਇਆ ਐਂਡ ਤੱਕ ਸਾਰੇ ਇਕੱਠੇ, ਮਤਲਬ ਕਿ ਉਹ ਸਾਰਾ ਕੁਛ ਇੱਕੋ ਥਾਂ 'ਤੇ ਬੈਠਾ, ਇੱਕ ਥਾਂ ਸਾਰੇ ਬੈਠ ਕੇ, ਫਿਰ ਤਾਂ ਮੈਂ ਕਹਿੰਦਾ ਜਿਵੇਂ ਅੱਜ ਕੱਲ੍ਹ ਸਟੂਡੀਓ ਨੂੰ ਐਡਾ ਕੁ ਕਮਰਾ ਹੀ ਚਾਹੀਦਾ, ਉਦੋਂ ਤਾਂ ਸਟੂਡੀਓ ਵੀ ਉਸ ਟਾਈਮ ਸਟੂਡੀਓ ਕਾਫੀ ਵੱਡੇ ਹੁੰਦੇ ਸੀ, ਬਹੁਤ ਵੱਡੇ, 80-80 ਮਿਊਜ਼ੀਸ਼ੀਅਨ ਬੈਠਣੇ, 16 ਢੋਲਕਾਂ ਤਬਲਾ ਇਹ ਪ੍ਰਕਸ਼ਨਸ, ਫਿਰ ਸਾਰਿਆਂ ਨੂੰ ਇੱਦਾਂ ਕਰਕੇ ਹੈਂਡਲ ਕਰਨਾ, ਅਤੇ ਸਿੰਗਰਸ ਨੂੰ ਇਸ਼ਾਰਾ ਕਰਨਾ, ਫਿਰ ਐਂਡ ਦੱਸਣਾ ਕਿ ਐਂਡ ਕਿੱਦਾਂ ਕਰਨਾ, ਕਈ ਵਾਰੀ ਉੱਦਾਂ ਹੀ ਉਪਜ ਹੁੰਦੀ ਸੀ, ਡਬਲ ਕਰੀਏ ਰਿਦਮ, ਫਿਰ ਇਸ਼ਾਰਾ ਕਰਨਾ, ਲਾਸਟ ਡਬਲ ਹੋ ਜਾਓ, ਫਿਰ ਸਿੰਗਰ ਵੀ ਸਮਝ ਲੈਂਦਾ ਕਿ ਠੀਕ ਹੈ ਵੀ ਹੁਣ ਇਹ ਡਬਲ ਕਰਕੇ ਕਰਨਾ, ਫਿਰ 4 ਟਰੈਕ ਆ ਗਿਆ ਜਿਸ 'ਚ ਥੋੜ੍ਹੀ ਜਿਹੀ ਸਹੂਲਤ ਆ ਗਈ ਕਿ ਜੇ ਢੋਲਕ ਗਲਤ ਆ ਉੱਥੋਂ 5 ਮਾਰ ਸਕਦੇ ਹਾਂ ਅਸੀਂ, ਕਿ ਉੱਥੋਂ ਗਾਣਾ ਅਸੀਂ ਸ਼ੁਰੂ ਕਰ ਸਕਦੇ ਹਾਂ, ਵਿੱਚ ਐਨੀ ਫੈਸਿਲਿਟੀਜ਼ ਹੈ, ਫਿਰ 8 ਟਰੈਕ ਹੋ ਗਿਆ, ਫਿਰ ਵੋਇਸ ਅਲੱਗ ਹੋ ਗਈ, ਰਿਦਮ ਅਲੱਗ ਹੋ ਗਈ, ਫਿਰ ਜਿਸ ਤਰ੍ਹਾਂ ਇਹ ਹੋ ਗਿਆ ਕਿ ਢੋਲਕਾਂ ਵਾਲੇ ਚਲੋ ਪਹਿਲਾਂ ਢੋਲਕਾਂ ਕਰ ਲਓ, ਫਿਰ ਮਿਊਜ਼ਿਕ ਕਰ ਲਾਂਗੇ, ਫਿਰ ਇੰਨੀਆਂ ਸਹੂਲਤਾਂ, ਫਿਰ ਆਸਤਾ ਆਸਤਾ ਹੁਣ ਤਾਂ ਮਿਊਜ਼ੀਸ਼ੀਅਨ ਵੀ ਨਹੀਂ ਚਾਹੀਦੇ, ਹੁਣ ਤਾਂ ਲੂਪਸ ਇੰਨੇ ਚੱਲਦੇ ਆ ਕਿ ਭਾਜੀ ਉਦੋਂ ਸਵਾਦ ਆਉਂਦਾ ਸੀ, ਇੱਕ ਸਵਾਦ ਉਦੋਂ ਹੀ ਹੈ ਕਿਉਂਕਿ ਜਿਹੜਾ ਦਿਲ ਨਾਲ ਵੱਜਣਾ ਹੈ ਉਦੋਂ ਫੀਲ ਆਉਣੀ ਹੈ, ਹੁਣ ਕੀਬੋਰਡ 'ਤੇ ਤੁਸੀਂ ਬੀ ਨਹੀਂ ਵਜਾ ਸਕਦੇ ਹੋ, ਉਹ ਫਲਿਊਡ ਨੇ ਆਪਣਾ ਜੋ ਅੰਦਰ ਫੀਲ ਆ ਆਰਟਿਸਟ ਦੀ ਉਹਨੇ ਪੂਰਾ ਬਾਹਰ ਕੱਢਣਾ, ਤਾਂ ਸਮੇਂ ਦੇ ਹਿਸਾਬ ਨਾਲ ਸਾਰੀ ਚੀਜ਼ਾਂ ਅੱਛੀਆਂ ਜੀ, ਪਰ ਲੇਕਿਨ ਲਾਈਵ ਅਜੇ ਵੀ ਲਾਈਵ ਅਸੀਂ ਮੋਸਟਲੀ ਕਰਦੇ ਹਾਂ ਰਿਕਾਰਡ, ਉਹਦੀ ਵੈਲਿਊ ਅਲੱਗ ਹੈ ਜੀ, ਜਿਵੇਂ ਅੱਜ ਕੱਲ੍ਹ ਦੇ ਮੁੰਡੇ ਭਾਅ ਜੀ ਬੜੇ, ਅੱਜ ਕੱਲ੍ਹ ਦੇ ਮੁੰਡੇ ਬੜਾ ਅੱਛਾ ਲਾਈਵ ਵਜਾਉਂਦੇ ਨੇ ਜੀ, ਜਿਵੇਂ ਵਿਜੇ ਜਮਲਾ ਭਾਅ ਜੀ ਹੋ ਗਏ ਹੈ ਨਾ, ਜੀ ਜੀ ਮੇਰੇ ਖਿਆਲ 'ਚ ਤਕਰੀਬਨ ਸਾਰੇ ਅੱਛੇ ਸਾਜ ਵਜਾਉਂਦੇ ਨੇ, ਅੱਜ ਕੱਲ੍ਹ ਦੇ ਮੁੰਡਿਆਂ ਦੇ ਵਿੱਚ ਆਪਾਂ ਜੇ ਗੱਲ ਕੀਤੀ ਜਾਵੇ ਤਾਂ ਕਿਹਦੇ ਲਾਈਵ ਸਾਜ ਤੁਹਾਨੂੰ ਸਭ ਤੋਂ ਪਿਆਰੇ ਲੱਗਦੇ ਆ? ਲਾਈਵ ਸਾਰੇ ਮੁੰਡੇ ਜਿਹੜੇ ਯੰਗਸਟਰਸ ਤੋਂ ਜਿਹਨੇ ਸਟੱਡੀ ਕਰਕੇ ਆ ਰਹੇ, ਵਾਇਲਨ ਵਜਾ ਰਹੇ ਹੈ ਬੜੇ ਅੱਛੇ ਵਜਾ ਰਹੇ ਹੈ, ਸਰੰਗੀ ਕੰਗ ਹੈ ਲੜਕਾ, ਜੈਲੀ ਹੈ ਤੂੰਬੀ 'ਤੇ, ਫੋਕ ਜੋ ਇੰਸਟਰੂਮੈਂਟ ਵਜਾ ਰਹੇ ਹੈ, ਚੰਡੀਗੜ੍ਹ 'ਚ ਸਾਡੇ ਵਾਇਲਿਸਟ ਨਹੀਂ ਹੈ ਇੰਸਟਰੂਮੈਂਟਸ, ਅਸੀਂ ਬੰਬੇ ਤੋਂ ਬੁਲਾਉਂਦੇ ਹਾਂ, ਚੰਡੀਗੜ੍ਹ ਦੇ ਮਿਊਜ਼ੀਅਨ ਸਭ ਹੁਣ ਜਿੰਨੇ ਵੀ ਬੱਚੇ ਆ ਰਹੇ ਹੈ ਹੋਮਵਰਕ ਅੱਛਾ ਕਰਕੇ ਆ ਰਹੇ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿੰਨੇ ਮਿਊਜ਼ੀਸ਼ੀਅਨ ਆ ਰਹੇ ਨੇ ਉਹ ਸਿੱਖ ਕੇ, ਬਹੁਤ ਅੱਛਾ ਸਿੱਖ ਕੇ ਆ ਰਹੇ ਔਰ ਮਜ਼ਾ ਆਉਂਦਾ ਉਹਨਾਂ ਨਾਲ ਸਾਰਾ ਕੰਮ ਕਰ। ਤੁਸੀਂ ਭਾਅ ਜੀ ਅੱਜ ਤੱਕ ਜਿਹੜੇ ਹਿੱਟ ਸਿੰਗਰਸ ਦੇ ਆਪਾਂ ਉਹ ਕਰਨੀ ਹੋਵੇ ਤਾਂ ਕਿੰਨੇ ਕੁ ਸਿੰਗਰ ਹੋਣਗੇ? ਸਿੰਗਰ ਦੇਖੋ ਸਾਰੇ ਹਿੱਟ ਹੈ ਜੀ, ਜਦੋਂ ਅਸਲ ਦੇ ਵਿੱਚ ਤਾਂ ਮੈਨੂੰ ਤਾਂ ਜਿੱਥੋਂ ਤੱਕ ਐਂ ਲੱਗਦਾ ਵੀ ਦੁਨੀਆਂ ਨੇ ਪਸੰਦ ਕਰ ਲਿਆ ਜੀ ਜੀ, ਅਤੇ ਸਾਡੀ ਕੀ ਔਕਾਤ ਹੈ ਕਿਸੇ ਨੂੰ ਰਿਜੈਕਟ ਕਰ ਸਕੀਏ, ਜੇ ਪਰਮਾਤਮਾ ਨੇ ਨਵਾਜ਼ਤਾ ਸਿੰਗਰ ਨੂੰ ਜਿਹਦਾ ਨਾਮ ਬਣ ਗਿਆ ਜੀ, ਅਤੇ ਸਾਰੇ ਸਿੰਗਰ ਵਧੀਆ ਸਾਡੇ ਲਈ, ਜਿਹੜਾ ਨਾਮ ਬਣਿਆ ਅਤੇ ਕੁਛ ਜਿਹੜੇ ਕਈ ਬੰਦੇ ਹੈ ਪੈਸਾ ਲੈ ਕੇ ਆਉਂਦੇ ਮੇਰੇ ਸਾਹਮਣੇ, ਕਈ ਲੈ ਕੇ ਆਏ ਕਿ ਸਾਡਾ ਇੱਕ ਨਾਮ ਬਣ ਜਾਏ ਜੀ, ਅਤੇ ਨਾਮ ਤਾਂ ਜਦੋਂ ਮਿਹਨਤ ਔਰ
ਅਸਲ ਦੇ ਵਿੱਚ ਤੁਹਾਡਾ ਨਾਮ ਆਪਦੇ ਨਾਂ ਨਾਲ ਜੋੜਨ ਨੂੰ ਫਿਰਦੇ ਹੁੰਦੇ ਨੇ ਨਾ ਜੀ, ਵੀ ਹਾਂ ਵੀ ਚਲੋ ਹੋਰ ਨਹੀਂ ਲੈ ਜਾਣ ਬੰਦਿਆਂ ਦੇ ਨਾਲ ਪੱਲਾ ਫੜ ਕੇ, ਜਿਵੇਂ ਵੀ ਲੱਕੜ ਨਾਲ ਲੋਹਾ ਤਰ ਜਾਂਦਾ ਉਵੇਂ ਤਰਨ ਨੂੰ ਫਿਰਦੇ ਹੋਣਗੇ ਮੇਰੇ ਖਿਆਲ 'ਚ। ਪਰ ਉਹਦੀ ਕਿਰਪਾ ਹੈ, ਅਸੀਂ ਤਾਂ ਲੋਕ ਜਰੀ ਆ ਨਾ, ਅਤੇ ਲਿਖਿਆ ਤਾਂ ਸਭ ਉੱਪਰ ਹੋ ਜਾਂਦਾ ਪਹਿਲੇ ਹੀ ਆ, ਇਹ ਤਾਂ ਗੱਲ ਹੈ ਜੀ। ਪਰ ਮੇਰੇ ਖਿਆਲ 'ਚ ਜਿਹਨੂੰ ਤੁਹਾਡੇ ਵਰਗਾ ਜਰੀਆ ਮਿਲ ਜੇ ਉਹ ਤਾਂ ਤਰਨਾ ਉਹਦਾ ਬਣਦਾ ਹੀ ਬਣਦਾ। ਥੈਂਕ ਯੂ। ਸੋ ਭਾਅ ਜੀ ਗੱਲਾਂ ਤਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ, ਪਰ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਪਤਾ ਸੀ। ਜੀ ਜੀ ਜੀ। ਸੋ ਮਿੱਤਰੋ ਮਰਵਾਉਣੇ ਤੁਹਾਨੂੰ ਸੁਰਿੰਦਰ ਬਚਨ ਜੀ ਦੇ ਨਾਲ ਬ੍ਰੇਕ ਤੋਂ ਬਾਅਦ, ਉਦੋਂ ਤੱਕ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਬ੍ਰੇਕ ਤੋਂ ਬਾਅਦ ਇੱਕ ਵਾਰ ਸਾਡੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਜੀ, ਅਤੇ ਭਾਅ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਭਾਅ ਜੀ ਅੱਜ ਤੱਕ ਦੀ ਅਮਰ ਆਵਾਜ਼ ਜੇ ਆਪਾਂ ਫੋਕ ਫੋਕ ਪੰਜਾਬੀ ਦਾ ਫੋਕ ਆਵੇ ਅਤੇ ਉਹਦੇ ਵਿੱਚ ਸੁਰਜੀਤ ਬੰਦਰਖੀਆ ਸਾਹਿਬ ਦਾ ਨਾਮ ਨਾ ਆਵੇ ਤਾਂ ਮੈਨੂੰ ਲੱਗਦਾ ਕਿ ਉਹ ਫੋਕ ਅਧੂਰਾ ਰਹਿ ਜਾਂਦਾ। ਬਿਲਕੁਲ। ਪਰ ਭਾਅ ਜੀ ਉਹਨਾਂ ਦਾ ਵਰਲਡ ਗਿਨੀਜ਼ ਬੁੱਕ ਦੇ ਵਿੱਚ ਨਾਮ ਹੈ ਬੰਦਰਖੀਆ ਭਾਅ ਜੀ ਦਾ, ਅਤੇ ਉਹਨਾਂ ਨੂੰ ਰਿਕਾਰਡ ਤੁਸੀਂ ਕੀਤਾ ਸੀ ਜੀ। ਜੀ ਜੀ ਜੀ। ਅਤੇ ਉਹ ਸਬੱਬ ਕਿਵੇਂ ਬਣਿਆ, ਜਾਂ ਉਹ ਤੁਸੀਂ ਪਲੈਨ ਕੀਤਾ ਸੀ ਜਾਂ ਵੈਸੇ ਕੁਦਰਤੀ ਹੋ? ਨਹੀਂ ਨਹੀਂ, ਉਦਾਂ ਉਹ ਕਾਫੀ ਉੱਚਾ ਸਕੇਲ 'ਤੇ ਗਾਉਂਦੇ ਸੀ ਜੀ। ਸ਼ਮਸ਼ੇਰ ਸੰਧੂ ਸਾਹਿਬ ਕਹਿੰਦੇ ਕਿ ਜੁਗਨੀ ਆਪਾਂ ਰਿਕਾਰਡ ਕਰਦੇ ਹਾਂ ਜੀ, ਅਤੇ ਸੁਰਜੀਤ ਕਾਫੀ ਰਿਆਜ਼ ਕਰਦਾ ਰਹਿੰਦਾ ਸੀ। ਇੱਕ ਤਾਂ ਪਹਿਲਵਾਨ ਸੀ, ਸਟੈਮਿਨਾ ਬਹੁਤ ਅੱਛਾ ਸੀ, ਕਹਿੰਦੇ ਹਾਈ ਪਿੱਚ 'ਤੇ ਇੰਨੇ ਸਕਿੱਲ ਦੇ ਉੱਪਰ ਕੋਈ ਇੰਨੀ ਦੇਰ ਸਟਿਲ ਇੱਕ ਸਵਰ 'ਤੇ ਮੇਰੇ ਖਿਆਲ ਨਾਲ ਉਸ ਟਾਈਮ ਕੋਈ ਖੜ੍ਹਾ ਨਹੀਂ ਹੋ ਸਕਦਾ ਸੀ। ਅਤੇ ਕਹਿੰਦੇ ਆਪਾਂ ਕਿਉਂ ਨਾ ਹੇਕ ਰਿਕਾਰਡ ਕੀਤੀ ਜਾਵੇ ਹਾਈ ਸਕੇਲ 'ਤੇ। ਮੈਂ ਕਿਹਾ ਭਾਅ ਜੀ ਆਪਾਂ ਰਿਕਾਰਡ ਕਰਦੇ ਹਾਂ ਪਰ ਲਾਈਵ ਹੈ, ਅਤੇ ਆਪਾਂ ਰਿਕਾਰਡ ਕਿੱਦਾਂ ਕਰਾਂਗੇ ਕਿ ਇੱਕਦਮ। ਫਿਰ ਅਸੀਂ ਪਲੈਨਿੰਗ ਕੀਤੀ ਕਿ ਹੁਣ ਹੇਕ ਤਾਂ ਹੁਣ ਉਸ ਟਾਈਮ ਕੀ ਕਿੰਨੇ ਕੁ ਸਾਹ ਕਿੰਨੇ ਮਿੰਟ ਜਾ ਕਰ ਸਕਦੇ ਹਾਂ ਕਿੱਦਾਂ ਨਹੀਂ। ਫਿਰ ਅਸੀਂ ਆਹ ਪਲੈਨ ਕਰਕੇ ਮਿਊਜ਼ੀਸ਼ੀਅਨਾਂ ਨੂੰ ਸਮਝਾਇਆ ਗਿਆ ਕਿ ਜਦ ਤੱਕ ਸੁਰਜੀਤ ਹੋਣਾ ਨੂੰ ਕਿਹਾ ਗਿਆ ਕਿ ਜਦੋਂ ਤੁਸੀਂ ਸਾਹ ਲੱਗੇ ਕਿ ਥੋੜ੍ਹਾ ਜਿਹਾ ਡਾਊਨ ਆ ਰਿਹਾ, ਅਤੇ ਉਦੋਂ ਤੁਸੀਂ ਆਸਤਾ ਆਸਤਾ ਇੱਦਾਂ ਦਾ ਇਸ਼ਾਰਾ ਕਰਦੇ ਆਇਓ। ਅਤੇ ਮੈਨੂੰ ਪਤਾ ਕਿਉਂਕਿ ਸਾਨੂੰ ਫਿਰ ਜਿਹੜਾ ਮਿਊਜ਼ਿਕ ਸਕੋਰ ਲਿਖਿਆ ਹੁੰਦਾ ਕਿ ਉਹਨਾਂ ਨੂੰ ਰਨਿੰਗ ਦੇ ਕੇ ਅਸੀਂ ਅਗਲਾ ਪੀਸ ਚੁੱਕਣਾ ਸੀ, ਅਤੇ ਰਿਕਾਰਡਿੰਗ ਉਸ ਟਾਈਮ ਵੀ ਲਾਈਵ ਚੱਲਦੀ ਸੀ। ਬਿੰਦਰਖੇ ਜੀ ਸਾਹਿਬ ਗਾ ਰਹੇ ਹੈ, ਸਿਰਫ ਪੰਚ ਮਾਰ ਸਕਦੇ ਸੀ ਅਸੀਂ, ਉਹ ਤੁਹਾਨੂੰ ਦੱਸਿਆ ਨਾ ਕਿ ਜਦੋਂ ਬ੍ਰੇਕ ਆਏ ਉਹ ਸਿਰਫ ਜੇ ਕੋਈ ਗਲਤੀ ਹੋਵੇ ਕੰਟੀਨਿਊਲੀ ਤਾਂ ਪੰਚ ਮਾਰਨਾ ਕਿ ਗਾਈ ਜਾਓ, ਇੱਦਾਂ ਦਾ ਸਟਾਈਲ ਸੀ ਉਸ ਵੇਲੇ। ਅਤੇ ਅਸੀਂ ਕਿਹਾ ਕਿ ਚਲੋ ਦੇਖਦੇ ਹਾਂ, ਮੱਥਾ ਮੁੱਥਾ ਟੇਕਿਆ, ਈਸ਼ਵਰ ਨੂੰ ਕੀਤਾ ਯਾਦ, ਸੁਰਜੀਤ ਹੋਰੀ ਸ਼ੁਰੂ ਹੋਏ, ਹੇਕ ਲਾਣੀ, ਫਿਰ ਮਿਸ਼ਰਾਂ ਨੂੰ ਇਸ਼ਾਰਾ ਕੀਤਾ ਹੋਇਆ ਸੀ ਤੁਸੀਂ ਸਾਰਿਆਂ ਨੇ ਮੇਰੇ ਵੱਲ ਦੇਖਣਾ, ਸੁਰਜੀਤ ਤੁਸੀਂ, ਮੈਂ ਤੁਹਾਨੂੰ ਦੇਖ ਰਿਹਾ, ਜਦੋਂ ਲੱਗੇਗਾ ਕਿ ਹੇਕ ਥੋੜ੍ਹੀ ਜਿਹੀ ਤੁਸੀਂ ਆਸਤਾ ਆਸਤਾ ਕਰਦੇ ਆ ਰਹੇ ਹੋ, ਅਤੇ ਮੈਂ ਫਿਰ ਇਸ਼ਾਰਾ ਕਰਨਾ ਕਿ ਵਾਇਲੈਂਸ ਦੀ ਰਨਿੰਗ ਲੈਣੀ ਹੈ। ਫਿਰ ਅਸੀਂ ਫਿਰ ਸ਼ੁਰੂ ਕੀਤਾ, ਉਹ ਪਰਮਾਤਮਾ ਵੱਲੋਂ ਫਸਟ ਟੇਕ ਓਕੇ ਸੀ ਭਾਅ ਜੀ, ਫਸਟ ਟੇਕ ਓਕੇ। ਕਿਆ ਬਾਤ ਹੈ, ਇਹ ਇਹ ਪਿਓਰਿਟੀ ਹੁੰਦੀ ਆ, ਇਹ ਸ਼ੁੱਧਤਾ ਹੁੰਦੀ ਆ ਮੇਰੇ ਖਿਆਲ 'ਚ ਅੱਜ ਕੱਲ੍ਹ ਦੇ ਜਿਹੜੇ ਸਿੰਗਰ ਨੇ ਉਹਨਾਂ ਦੇ ਕਿਤੇ ਨੇੜੇ ਤੇੜੇ। ਜੀ ਜੀ, ਉਹ ਰਿਆਜ਼ ਸਾਰਾ, ਕੋਈ ਨਸ਼ਾ ਨੁਸ਼ਾ ਨਹੀਂ, ਸਿਰਫ ਕੰਮ ਦਾ ਨਸ਼ਾ ਜੀ। ਉਸ ਟਾਈਮ ਉਹ ਭਲਵਾਨੀ ਦੇਸੀ ਘਿਓ ਸਭ ਕੁਝ ਖਾਂਦੇ ਖੁੰਦੇ ਸੀ ਉਹ, ਅਤੇ ਆਪਣੇ ਆਪ 'ਚ ਉਹਨਾਂ ਦੇ ਫਾਦਰ ਸੁੱਚਾ ਸਿੰਘ ਅਤੇ ਉਸ ਵੇਲੇ ਉਹ ਨਵੇਂ ਨਵੇਂ ਆਏ ਸੀ, ਅਤੇ ਸਾਰਾ ਕੁਛ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਅੱਛਾ ਸੀ ਉਹਨਾਂ ਦਾ। ਤੁਸੀਂ ਭਾਅ ਜੀ ਅੱਜ ਕੱਲ੍ਹ ਮਤਲਬ ਮੇਰੇ ਖਿਆਲ 'ਚ ਇੱਕ ਬੰਦੇ ਦੇ ਕੱਟੜ ਫੈਨ ਨੇ ਪੰਜਾਬ ਦੇ ਵਿੱਚ, ਨਹੀਂ ਤਾਂ ਮਤਲਬ ਨਾ ਸਾਰੇ ਜਿੰਨੇ ਵੀ ਸਿੰਗਰ ਆਉਂਦੇ ਨੇ ਉਹਨਾਂ ਦਾ ਇੱਕ ਮਤਲਬ ਟਾਈਮ ਪੀਰੀਅਡ ਹੁੰਦਾ ਜਿੰਨੇ ਵੀ ਆਏ ਨੇ ਅੱਜ ਤੱਕ, ਪਰ ਮੇਰੇ ਖਿਆਲ 'ਚ ਬੱਬੂ ਮਾਨ ਸਾਹਿਬ ਦੇ ਹੁਣ ਤੱਕ ਕੱਟੜ ਫੈਨ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਸੁਣਨਾ ਸ਼ੁਰੂ ਕਰਤਾ, ਅਤੇ ਬੱਬੂ ਮਾਨ ਸਾਹਿਬ ਨੂੰ ਹੀ ਸੁਣਦੇ ਨੇ ਜਿਵੇਂ ਦਾ ਉਹ ਕਹਿੰਦੇ ਵੀ ਹਾਂ ਬੱਬੂ ਮਾਨ ਬਾਈ ਆ ਤਾਂ ਬੱਬੂ ਮਾਨ ਬਾਈ ਆ, ਉਹਨਾਂ ਦੇ ਨਾਲ ਤੁਸੀਂ ਕੰਮ ਕੀਤਾ ਭਾਅ ਜੀ, ਅਤੇ ਜ਼ਿਆਦਾਤਰ ਉਹਨਾਂ ਦੇ ਨਾਲ ਕੰਟਰੋਵਰਸੀਜ਼ ਵੀ ਜੁੜੀਆਂ ਹੋਈਆਂ ਨੇ, ਬਹੁਤ ਸਾਰੇ ਮੁੱਦੇ ਵੀ ਉਹਨਾਂ ਦੇ ਨਾਲ ਜੁੜਦੇ ਨੇ, ਪਰ ਉਹ ਤੁਹਾਡੇ ਨਾਲ ਪਰਸਨਲੀ ਕਿਵੇਂ ਨੇ? ਮੇਰੇ ਨਾਲ ਤਾਂ ਜਿੱਦਾਂ ਸ਼ੁਰੂਆਤੀ ਜ਼ਰੀਆ ਬਣਿਆ, ਜਿੱਦਾਂ ਮੈਂ ਕਿਹਾ ਬਹੁਤ ਮੈਂ ਇਕੱਠੇ ਸ਼ੁਰੂ, ਪਹਿਲੀ ਐਲਬਮ ਨੀਂਦਰਾਂ ਨਹੀਂ ਆਉਂਦੀਆਂ, ਪਿੰਡ ਪਹਿਰਾ ਲੱਗਦਾ, ਹਾਂਜੀ ਉੱਥੋਂ ਸ਼ੁਰੂ ਹੋਏ ਸੀ, ਅਤੇ ਮੇਰੇ ਲਈ ਵੀ ਬਹੁਤ ਅੱਛਾ, ਲੋਕਾਂ ਲਈ ਵੀ ਬਹੁਤ ਅੱਛਾ, ਪਰ ਇਹ ਹੈ ਕਿ ਸੁਭਾਵਿਕ ਬੜਾ ਵਧੀਆ ਉਹ ਫੋਰਮੈਟਿੰਗ ਨਹੀਂ ਕਰਦਾ, ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ, ਜੋ ਦਿਲ 'ਚ ਹੈ ਉਹ ਅੰਦਰ ਵੀ ਹੋਈ ਹੈ ਬਾਹਰ ਵੀ ਹੋਈ ਹੈ, ਅਤੇ ਉਹ ਬੋਲਦਾ ਤਾਂ ਸਾਰੇ ਫੈਨ ਹੈ, ਜਦੋਂ ਸਾਰੇ ਲੋਕ ਨਵਾਜ਼ ਦਿੰਦੇ ਤਾਂ ਫਿਰ ਸਾਡਾ ਕੀ ਆ। ਕਿਆ ਬਾਤ ਹੈ ਜੀ। ਭਾਅ ਜੀ ਅੱਜ ਦੇ ਮਾਮਲੇ ਦੇ ਵਿੱਚ, ਅੱਜ ਦੀ ਜੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਬੀ ਪ੍ਰਾਗ ਬਹੁਤ ਵੱਡਾ ਨਾਮ ਹੈ। ਹਾਂਜੀ ਜੀ। ਅਤੇ ਉਹ ਬੀ ਪ੍ਰਾਗ ਨੂੰ ਬਣਾਉਣ ਵਾਲੇ ਮੇਰੇ ਖਿਆਲ 'ਚ ਸਾਡੇ ਸਾਹਮਣੇ ਬੈਠੇ ਨੇ ਭਾਅ ਜੀ, ਬੀ ਪ੍ਰਾਗ ਜਿਹਨਾਂ ਤੋਂ ਸਿੱਖੇ ਨੇ, ਜਿਹਨਾਂ ਤੋਂ ਤੁਸੀਂ ਉਹਨਾਂ ਨੂੰ, ਭਾਅ ਜੀ ਉਹਨਾਂ ਦੇ ਕੰਮ ਤੋਂ ਹੁਣ ਤਸੱਲੀ ਮਿਲਦੀ ਹੈ?
ਉਹ ਸ਼ੁਰੂ ਤੋਂ ਬਹੁਤ ਪਿਤਾ ਜੀ ਨਾਲ, ਪਿਤਾ ਜੀ ਵੀ ਸਾਡੇ ਜਗਰਾਤੇ ਵਗੈਰਾ ਕਰਦੇ ਸੀ, ਉਹਨਾਂ ਨਾਲ ਵੀ ਜਾਂਦੇ ਸੀ। ਬ੍ਰਦਰ ਜਿਹਨਾਂ ਦਾ ਬੇਟਾ ਵਰਿੰਦਰ ਬਚਨ, ਉਹ ਆਪਣੇ ਆਪ 'ਚ ਬੜੇ ਲੈਜੈਂਡ ਮਿਊਜ਼ਿਕ ਡਾਇਰੈਕਟਰ। ਇੱਕ ਤਾਂ ਘਰ 'ਚ ਸੰਗੀਤ ਬਹੁਤ ਜ਼ਿਆਦਾ ਸੀ, ਸਾਡੇ ਕੋਲ ਤਾਂ ਸਿੱਖਿਆ ਸਿਖਾਇਆ ਕਿ ਉਹ ਸੁਣਦਾ ਹੀ ਰਹਿੰਦਾ ਸੀ ਸਾਰਿਆਂ ਨੂੰ। ਉਹ ਅਲੱਗ ਹੀ ਆਪਣਾ ਮਸਤ ਰਹਿੰਦੇ। ਮੈਨੂੰ ਤਾਂ ਮੈਂ ਬੋਂਬੇ ਗਿਆ, ਮੈਨੂੰ ਤਾਂ ਆ ਕੇ ਪਤਾ ਲੱਗਿਆ ਕਿ ਬਹੁਤ ਸਾਡਾ ਸੁਪਰਸਟਾਰ ਬਣਿਆ। ਵਾਕਈ ਅੱਜ ਦੇ ਟਾਈਮ ਦੇ ਵਿੱਚ ਮੇਰੇ ਖਿਆਲ 'ਚ ਹੈ ਨਾ, ਬਾਈ ਦੇ ਮਿਊਜ਼ਿਕ ਦੇ ਵਿੱਚ ਹਰ ਕੋਈ ਸਿੰਗਰ ਕੰਮ ਕਰਨਾ ਚਾਹੁੰਦਾ। ਪਰ ਇੱਕ ਸਾਡੀ ਫੈਮਿਲੀ 'ਚ ਇਹ ਹੈ ਕਿ ਅਸੀਂ ਜ਼ਿਆਦਾ ਮੋਸਟਲੀ ਕੰਪੋਜੀਸ਼ਨ ਅਸੀਂ ਆਪ ਕਰਦੇ ਹਾਂ। ਅਸੀਂ ਜੋ ਵੀ ਚੀਜ਼ ਹੈ ਅਸੀਂ ਆਪ ਕ੍ਰੀਏਟ ਕਰਦੇ ਹਾਂ। ਕੋਈ ਜਿੱਦਾਂ ਮੈਂ ਐਲਬਮਸ ਕਿੰਨੀ ਕੀਤੀਆਂ ਮੈਨੂੰ ਨਹੀਂ ਪਤਾ, ਪਰ ਲੇਕਿਨ ਮੇਰੇ ਘਰ ਕੋਈ ਐਲਬਮ ਮੇਰੀ ਨਹੀਂ ਹੈ। ਮੈਂ ਜੋ ਜਦੋਂ ਬੱਬੂ ਜੀ ਦੀ ਐਲਬਮ ਕੀਤੀ ਜਾਂ ਕਿਸੇ ਜੀ ਦੀ ਕੀਤੀ, ਬਸ ਜਦੋਂ ਮੈਂ ਉਹ ਕੰਮ ਕਰ ਲਿਆ ਮੈਂ ਸੁਣਨਾ ਵੀ ਨਹੀਂ, ਜਾਂ ਕਿਸੇ ਚੱਲਦਾ ਚਲਾਉਂਦਾ ਸੁਣ ਲਿਆ ਸੀ। ਅਸੀਂ ਸਿਰਫ ਆਪਣੇ ਕਰਮ 'ਤੇ ਵਿਸ਼ਵਾਸ ਕੀਤਾ ਕਿ ਅੱਗੇ ਸ਼ੁਰੂ ਹੋਏ। ਕੀ ਬਾਤ ਹੈ, ਮਤਲਬ ਪਿੱਛੇ ਮੁੜ ਕੇ ਕਦੇ ਆਪਾਂ ਦੇਖੀਏ, ਉਹ ਨਹੀਂ ਦੇਖਿਆ ਕਿ ਕੀ ਹੈ। ਪਰ ਇਹ ਕੋਸ਼ਿਸ਼ ਹੈ ਕਿ ਸਾਡਾ ਵੀ ਨਾਮ ਬਣੀ ਜਾਵੇ ਅਤੇ ਜਿਹੜਾ ਕੰਮ ਲੈਣ ਆਇਆ ਉਹਦੇ ਨਾਲ ਇਨਸਾਫ ਕੀਤਾ ਜਾਵੇ। ਕੀ ਬਾਤ ਹੈ, ਮਤਲਬ ਵੱਧ ਫੋਕਸ ਇਹ ਹੈ ਕਿ ਜੋ ਆਪਾਂ ਨੂੰ ਬੰਦਾ ਦੇ ਰਿਹਾ ਕੁਛ, ਅਤੇ ਉਹਦੇ ਨਾਲ ਇਨਸਾਫ ਆਪਾਂ ਉਹਨੂੰ ਉਹਨੂੰ ਪੂਰਾ ਦੇਣਾ ਕੀਤਾ ਬਾਅਦ ਦੇ ਵਿੱਚ ਆਪਦੀ ਸੋਚਣੀ ਹੈ। ਬਹੁਤ ਬਹੁਤ ਅੱਛੀ ਗੱਲ ਹੈ ਭਾਅ ਜੀ। ਨਹੀਂ ਤਾਂ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਮਤਲਬ ਹੈ ਹੀ, ਮਤਲਬ ਮੇਰੇ ਖਿਆਲ 'ਚ ਸਭ ਤੋਂ ਵੱਧ ਧੋਖਿਆਂ ਦੀ ਇੰਡਸਟਰੀ ਵੀ ਮਿਊਜ਼ਿਕ ਇੰਡਸਟਰੀ ਸਾਰਾ ਸਭ ਤੋਂ। ਅਤੇ ਭਾਅ ਜੀ ਕਦੇ ਇਹ ਹੋਇਆ ਕਿ ਕਿਸੇ ਸਿੰਗਰ 'ਤੇ ਕਦੇ ਗੁੱਸਾ ਆਇਆ ਹੋਵੇ ਯਾਰ ਵੀ, ਕਿਉਂਕਿ ਉਦੋਂ ਤੋਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਸਾਰਾ ਕੁਛ ਲਾਈਵ ਹੁੰਦਾ ਸੀ, ਕਦੇ ਗੁੱਸਾ ਆਇਆ ਹੋਵੇ ਯਾਰ ਵੀ ਤੂੰ ਕੀ ਕਰੀ ਜਾਂਦਾ, ਤੂੰ ਗਾ ਸਕਦਾ? ਪਰ ਆਲਮੋਸਟ ਬਹੁਤ ਹੋ ਜਾਂਦਾ ਇੱਦਾਂ, ਕਿਉਂਕਿ ਜਿੱਦਾਂ ਸਾਡੀ ਕੰਪੋਜੀਸ਼ਨ ਹੈ ਕਈ ਵਾਰੀ ਆਮ ਤੌਰ 'ਤੇ ਹੁੰਦੇ ਹੀ ਸੰਤੁਸ਼ਟੀ ਨਹੀਂ ਹੁੰਦੀ ਜੀ, ਹੈ ਨਾ। ਜਿੱਦਾਂ ਸਿੰਗਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਗਾਉਣ ਦੀ, ਉਹਦਾ ਸਾਨੂੰ ਨਹੀਂ ਹੁੰਦੀ ਯਾਰ ਅਜੇ ਹੋਰ ਵਧੀਆ ਗਾ ਸਕਦਾ ਹੈ। ਉਹ ਤਾਂ ਇੱਦਾਂ ਸਿੰਗਰ ਦੀ ਜਾਨ ਲੈਣ ਵਾਲਾ ਕੰਮ ਹੈ, ਵਾਰ ਵਾਰ ਗਵਾਈ ਜਾਣਾ। ਪਰ ਦੇਖ ਲਈਦਾ ਕਿ ਜਿੱਥੇ ਕਿ ਜਨਤਾ ਵਾਸਤੇ ਸੰਤੁਸ਼ਟੀ ਹੈ, ਫਿਰ ਉਹ ਤੋਂ ਅਸੀਂ ਸੰਤੁਸ਼ਟ ਹੋ ਜਾਈਦਾ। ਕੀ ਬਾਤ ਹੈ। ਅੱਛਾ ਭਾਅ ਜੀ, ਇੱਕ ਵਾਰ ਮੈਨੂੰ ਇੱਧਰ ਉੱਧਰ ਖਬਰ ਜੀ ਮਿਲੀ ਹੈ ਕਿ ਸਲੀਮ ਭਾਅ ਜੀ ਨਾਲ ਕੋਈ ਗੱਲਬਾਤ ਹੋਈ ਸੀ, ਉਹ ਕਿੱਸਾ ਕੀ ਸੀ ਜੀ? ਉਹ ਉਦਾਂ ਹੀ ਮਾਸਟਰ ਸਲੀਮ ਹੋਰੀ ਕਾਫੀ ਵੈਰੀ ਗੁੱਡ ਸਿੰਗਰ, ਉਹਨਾਂ ਨੂੰ ਮੈਂ ਬਚਪਨ 'ਚ ਹੀ ਰਿਕਾਰਡ ਕੀਤਾ ਹੈ ਜੀ ਜੀ ਜੀ। ਸਭ ਤੋਂ ਪਹਿਲੀ ਐਲਬਮ 'ਚ ਬਹੁਤ ਮੇਰਾ ਕਲੋਜ਼ ਵੀ ਹੈ, ਬ੍ਰਦਰ ਵੀ ਹੈ, ਬੇਟਾ ਵੀ ਹੈ ਜੀ, ਇਟਸ ਵੈਰੀ ਸਵੀਟ। ਪਰ ਉਹ ਗਰਾਰੀਆਂ ਹਰਕਤਾਂ ਉਹ ਬਲੱਡ 'ਚ ਹੀ ਹੈ, ਔਰ ਇਹ ਨਹੀਂ ਕਿ ਉਹ ਨਜਾਇਜ਼ ਲਗਾਉਂਦੇ, ਲਾਇਕ ਹੈ। ਅਤੇ ਮੈਂ ਉਹ ਫਿਲਮ ਦਾ ਗਾਣਾ ਸੀ, ਮੈਂ ਸਲੀਮ ਨੂੰ ਕਿਹਾ ਸਲੀਮ ਬਿਲਕੁਲ ਗਾਣਾ ਹੀ ਸਿੱਧਾ ਸਿੱਧਾ, ਬਿਲਕੁਲ ਵੀ ਇੱਥੇ ਹਰਕਤ ਨਹੀਂ ਚਾਹੀਦੀ। ਸਲੀਮ ਨੇ ਗਾਣਾ ਗਾ ਲਿਆ ਪੂਰਾ, ਔਰ ਬਹੁਤ ਮੈਂ ਖੂਬੀ ਗਾਇਆ ਜੀ। ਅਤੇ ਸਲੀਮ ਕਹਿੰਦਾ ਭਾਅ ਜੀ ਅਜੇ ਤਸੱਲੀ ਨਹੀਂ ਹੋਈ ਅਜੇ ਅੰਦਰ। ਮੈਂ ਸਲੀਮ ਯਾਰ ਮਿਊਜ਼ਿਕ 'ਚ ਜੋ ਮਰਜ਼ੀ ਕਰਦਾ, ਫਲੈਸ਼ਬੈਕ ਗਾਣਾ ਅਤੇ ਇਹ 'ਚ ਸਰਗਮਾ ਸਰਗਮਾ ਪੀਸ ਵਰਕ 'ਚ ਜੋ ਮਰਜ਼ੀ ਕਰਦੇ। ਫਿਰ ਅਸੀਂ ਫਸਟ ਮਿਊਜ਼ਿਕ ਸੈਕਿੰਡ ਮਿਊਜ਼ਿਕ ਦੇ ਵਿੱਚ ਅਲਾਪਸ ਵਗੈਰਾ ਸਰਗਮਸ ਵਗੈਰਾ ਸਭ ਉਹਦੇ 'ਚ ਪਾਤੀਆਂ, ਪਰ ਗਾਣੇ 'ਚ ਨਹੀਂ। ਆਪਣੀ ਉਹਦੀ ਵੀ ਖੁਰਾਕ ਪੂਰੀ ਹੋ ਗਈ, ਮੈਨੂੰ ਜੋ ਜ਼ਰੂਰਤ ਚਾਹੀਦੀ ਸੀ ਮਿਊਜ਼ਿਕ ਵਾਸਤੇ ਉਹ ਵੀ ਮੇਰਾ ਪੂਰਾ ਹੋ ਗਿਆ, ਔਰ ਗਾਣਾ ਉਹਨੂੰ ਬਿਲਕੁਲ ਸਿੱਧਾ ਸਿੱਧਾ ਗਵਾ ਵੀ ਲਿਆ ਮੈਂ। ਇਹ ਮਤਲਬ ਤਰੀਕਾ ਹੁੰਦਾ ਇੱਕ, ਇੱਕ ਮਜ਼ੇ ਹੋਏ ਬੰਦੇ ਦਾ ਇਹ ਹੁੰਦਾ, ਕਹਿੰਦੇ ਵੀ ਜਦੋਂ ਕਿ ਉਹ ਸਿੱਧੀ ਉਂਗਲੀ ਨਾਲ ਨਿਕਲੇ ਨਾ, ਫਿਰ ਥੋੜ੍ਹੀ ਜਿਹੀ ਟੇਢੀ ਕਰਕੇ ਇੱਕ ਪਿਆਰ ਨਾਲ ਕੰਮ ਲੈਣਾ ਭਾਅ ਜੀ, ਇਹ ਬਹੁਤ ਵੱਡੀ ਗੱਲ ਹੈ ਜੀ। ਕਿਉਂਕਿ ਇਹ ਇਗਜ਼ਾਮਪਲ ਹੈ ਇੱਕ ਬਹੁਤ ਵੱਡੀ, ਕਿ ਕਿਤੇ ਆਪਾਂ ਮਤਲਬ ਕਿਉਂਕਿ ਬਹੁਤ ਵੱਡਾ ਨਾਮ ਹੈ ਭਾਅ ਜੀ ਤੁਹਾਡਾ, ਅਤੇ ਤੁਹਾਨੂੰ ਮਨਾ ਵੀ ਨਹੀਂ ਸੀ ਕਰਨਾ ਉਹਨਾਂ ਨੇ, ਜੇ ਤੁਸੀਂ ਉਹਨਾਂ ਨੂੰ ਸਿੱਧਾ ਡਾਂਟ ਕੇ ਵੀ ਕਹਿੰਦੇ ਨਾ ਤੁਹਾਡੇ ਬੱਚਿਆਂ ਵਰਗੇ ਨੂੰ ਡਾਂਟ ਕੇ ਵੀ ਕਹਿ ਦਿੰਦੇ ਤਾਂ ਉਹਨਾਂ ਨੇ ਮਨਾ ਨਹੀਂ ਸੀ ਕਰਨਾ ਵੀ ਹਾਂ ਵੀ ਮੈਂ ਨਹੀਂ ਕਹੂੰਗਾ, ਪਰ ਤੁਸੀਂ ਬੜੇ ਪਿਆਰ ਨਾਲ ਉਹਨਾਂ ਨੂੰ ਜਿਹੜਾ। ਅਤੇ ਭਾਅ ਜੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਪਿਆਰਾ ਮਿਊਜ਼ਿਕ ਕਿਹਦਾ ਲੱਗਦਾ ਜੀ ਤੁਹਾਨੂੰ? ਮਿਊਜ਼ਿਕ ਸਾਰਾ ਹੀ, ਯੰਗ ਬੱਚੇ ਜਿੰਨੇ ਵੀ ਆਪਣੀ ਕੰਪੋਜੀਸ਼ਨ ਲੈ ਕੇ ਆ ਰਹੇ ਹੈ, ਗੋਲਡ ਬੋਆਏ ਬਹੁਤ ਅੱਛਾ ਉਹਦੀ ਕੰਪੋਜੀਸ਼ਨ ਹੈਗੇ ਆ, ਜਿੱਦਾਂ ਹੈ ਨਾ ਸਾਡਾ ਬੀਪ ਰੈਕ ਹੋ ਗਿਆ, ਜਤਿੰਦਰ ਸ਼ਾਹ ਜੀ ਹੋ ਗਏ, ਹੈ ਨਾ ਜੈਦੇਵ ਜੀ ਹੋ ਗਏ, ਹੋਰ ਸਾਰੇ ਮਿਊਜ਼ਿਕ ਡਾਇਰੈਕਟਰ ਜਿਹਨਾਂ ਦਾ ਨਾਮ ਅੱਛਾ ਬਣਿਆ, ਕੰਮ ਨਾਲ ਹੀ ਬਣਿਆ ਉਹਨਾਂ ਦਾ, ਇੱਦਾਂ ਤਾਂ ਬਣਨਾ ਹੀ ਨਹੀਂ ਸੀ ਜੀ। ਸਾਰੇ ਵੇਖੋ ਵੀ ਜਿਹੜੇ ਪ੍ਰਾਈਵੇਟ ਗਾਣੇ ਲੈ ਕੇ ਆ ਰਹੇ ਹੈ, ਬਾਬਾ ਹੁਣਾਂ ਦੀ ਕੰਪੋਜੀਸ਼ਨ ਪਤਾ ਨਹੀਂ ਕਰਦੇ ਹੈ, ਪਰ ਲਾਜਵਾਬ। ਹਾਂ ਭਾਅ ਜੀ, ਅੱਜ ਦੇ ਜਿਹੜੇ ਸਿੰਗਰ ਨੇ ਮੇਰੇ ਖਿਆਲ 'ਚ ਤੁਸੀਂ ਨਵੇਂ ਮੁੰਡਿਆਂ ਦੇ ਵਿੱਚੋਂ ਕਿਹਨੂੰ ਰਿਕਾਰਡ ਕਰਨਾ ਅੱਜ ਦੇ ਟਾਈਮ ਦੇ ਵਿੱਚ ਪਸੰਦ ਕਰੋਗੇ? ਮੈਨੂੰ ਨਾ ਕਿ ਸਭ ਤੋਂ ਜ਼ਿਆਦਾ ਲਾਲਚ ਰਿਹਾ
ਕਿ ਨਵੇਂ ਸਿੰਗਰ ਮੈਂ ਇੰਟਰੋਡਿਊਸ ਕਰਾਂ। ਉਹਦੇ ਨਾਲ ਇਹ ਹੁੰਦਾ ਮੈਨੂੰ, ਜਿੱਦਾਂ ਬੱਬੂ ਮਾਨ ਸੀ, ਸਾਬਰ ਕੋਟੀ ਸਾਹਿਬ ਸੀ, ਸ਼ੁਰੂ ਤੋਂ ਮੇਰਾ ਇਹ ਲਾਲਚ ਜਿਹਾ, ਰਣਜੀਤ ਮਣੀ, ਦੁਰਗਾ ਰੰਗੀਲਾ, ਬਿੰਦਰਖੀਆ ਜੀ, ਇਹ ਸਾਰਿਆਂ ਨੂੰ ਮੈਂ ਲੈ ਕੇ ਆਇਆ ਜੀ। ਮੈਨੂੰ ਇਹ ਹੁੰਦੀ ਹੈ ਕਿ ਯਾਰ ਮੈਂ ਜਿਹੜੀ ਸਟੈਂਪ ਹੈ ਕਿ ਪਹਿਲੀ ਐਲਬਮ ਵੀ ਮੈਂ ਕਰਾਂ ਇਹਨਾਂ ਦੀਆਂ, ਜਿਹਦੇ ਨਾਲ ਮੇਰਾ, ਮੈਨੂੰ ਇਹ ਕਿ ਨਵਾਂ ਸਿੰਗਰ ਮੇਰੇ ਕੋਲ ਆਵੇ ਜੀ, ਮੈਂ ਉਹਨਾਂ ਨੂੰ ਸੰਗੀਤ ਦੇਵਾਂ। ਜਿਹਦਾ ਨਾਮ ਬਣ ਗਿਆ ਉਹ ਮੈਨੂੰ ਮਜ਼ਾ ਨਹੀਂ ਕਿ ਜੇ ਮੈਂ ਚਾਹੁੰਦਾ ਕਿ ਵਿਚਾਰਾ ਕੋਈ ਅੱਛਾ ਸਿੰਗਰ ਆਵੇ ਜਿਹੜੇ ਮੈਂ ਉਹਨੂੰ ਮਿਹਨਤ ਕਰਕੇ ਉਹਨੂੰ ਅੱਗੇ ਲੈ ਕੇ ਆਵਾਂ। ਕਿਆ ਬਾਤ ਹੈ, ਕਿਆ ਬਾਤ ਹੈ। ਇੱਕ ਸਟੈਂਪ ਨੂੰ, ਇੱਕ ਬ੍ਰਾਂਡ ਨੂੰ ਤਾਂ ਹਰ ਕੋਈ ਯੂਜ਼ ਕਰ ਲੈਂਦਾ, ਪਰ ਮੇਰੇ ਖਿਆਲ 'ਚ ਤੁਸੀਂ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਸਿਖਾ ਕੇ, ਇੱਕ ਜਿਵੇਂ ਆਪਾਂ ਬੱਚੇ ਨੂੰ ਮਾਂ। ਹਾਂ, ਮੇਰਾ ਇਹ ਸ਼ੌਂਕ ਰਿਹਾ ਕਿ ਮੈਂ ਨਵਾਂ ਰਾਈਟਰ ਔਰ ਨਵੇਂ ਸਿੰਗਰ ਨੂੰ ਪ੍ਰਮੋਟ ਕਰਾਂ ਕਿ ਜਿਹਦੇ ਮਿਹਨਤ ਕਰਕੇ। ਕਿਆ ਬਾਤ ਹੈ ਭਾਈ, ਤੁਸੀਂ ਸੁਰਿੰਦਰ ਕੌਰ ਜੀ ਨੂੰ ਵੀ ਰਿਕਾਰਡ ਕੀਤਾ ਜੀ? ਜੀ। ਅਤੇ ਭਾਈ, ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਵੀ ਸਫ਼ਰ ਆ ਤੁਹਾਡਾ ਜੀ ਜੀ, ਉਹਦੇ 'ਚੋਂ ਸਭ ਤੋਂ ਪਿਆਰੀ ਯਾਦ ਕਿਹਦੇ ਨਾਲ ਬਣੀ ਅੱਜ ਤੱਕ? ਇੱਕ ਤਾਂ ਮੇਰਾ ਨਾਮ ਕਾਕਾ, ਇੱਕ ਮੈਂ ਘਰੋਂ ਵੀ ਲਾੜਲਾ ਸੀ ਅਤੇ ਆਰਟਿਸਟਾਂ ਤੋਂ ਵੀ ਮੈਂ ਕਾਫੀ ਲਾੜਲਾ ਰਿਹਾ। ਅਤੇ ਮੈਂ ਮਤਲਬ ਕਿ ਪਹਿਲਾਂ ਹੀ ਇੱਕ ਮਿਊਜ਼ਿਕ ਡਾਇਰੈਕਟਰ ਕਿ ਜਿਹੜਾ ਸਾਰਿਆਂ ਨਾਲ ਮੇਰਾ ਬੜਾ ਪਿਆਰ ਭਰਿਆ ਰਿਲੇਸ਼ਨ ਹੈ, ਸਾਰੇ ਕਾਕਾ ਭਾਅ ਜੀ ਕਹਿੰਦੇ ਮੋਸਟਲੀ। ਸੁਰਿੰਦਰ ਬੱਚਨ ਆਰਟਿਸਟਾਂ ਨੂੰ ਵੀ, ਅੱਧਿਆਂ ਨੂੰ ਕਾਕਾ ਭਾਅ ਜੀ, ਸਾਰੇ ਸੁਰਿੰਦਰ ਬੱਚਨ, ਅੱਧਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਸੁਰਿੰਦਰ ਬੱਚਨ ਨਾਮ ਹੈ ਕਿ ਨਹੀਂ। ਸਾਰਿਆਂ ਨਾਲ ਮੇਰਾ ਬੜਾ ਜ਼ਿਆਦਾ ਪਿਆਰ, ਕੋਈ ਵੀ ਆਰਟਿਸਟ ਹੈ ਔਰ ਸਾਰੇ ਮੇਰੇ ਮਿਊਜ਼ਿਕ ਬੜੇ ਈਜ਼ੀ ਗਾ ਕੇ ਗਏ ਹੈ ਔਰ ਲਾਈਵ ਸ਼ੋਅ ਵੀ ਮੈਂ 35-35 ਸਿੰਗਰ ਅਸੀਂ ਸਟੇਜ 'ਤੇ ਇਕੱਠੇ ਕੀਤੇ ਹੈ। ਮੈਨੂੰ ਸਾਰਿਆਂ ਨਾਲ ਮਜ਼ਾ ਆਇਆ, ਉਹਨਾਂ ਨੂੰ ਗਵਾ ਕੇ ਵੀ ਮਜ਼ਾ ਆਉਂਦਾ ਆਪਣਾ ਕੰਮ ਕਰਕੇ, ਅਤੇ ਉਹ ਮੇਰੇ ਨਾਲ ਈਜ਼ੀ ਫੀਲ ਕਰਦੇ ਹੈ। ਜਿੱਦਾਂ ਨਹੀਂ ਤਾਂ ਆਪਣੇ ਇੰਸਟਰੂਮੈਂਟਸ, ਜਿੱਦਾਂ ਕਿ ਕੋਈ ਸ਼ੋਅ ਹੋਵੇ ਉਹ ਕਹਿੰਦੇ ਦੋ ਮਿਸ਼ਨ ਸਾਡੇ ਜਾਣਗੇ, ਦੋ ਸਾਡੇ ਜਾਣਗੇ। ਜਦੋਂ ਮੈਨੂੰ ਸਭ ਤੋਂ ਅੱਛੀ ਖੁਸ਼ੀ ਇਹ ਹੁੰਦੀ ਹੈ ਕਿ ਜਦੋਂ ਉਹ ਕਹਿੰਦੇ ਕਿ ਸੁਰਿੰਦਰ ਬੱਚਨ ਆਪਣੀ ਟੀਮ ਲੈ ਕੇ ਆ ਰਿਹਾ, ਅਤੇ ਕੋਈ ਵੀ ਆਰਟਿਸਟ ਇਹ ਨਹੀਂ ਕਹਿੰਦਾ ਕਿ ਮੈਂ ਆਪਣਾ ਮਿਸ਼ਨ ਲੈ ਕੇ ਜਾਣਾ। ਕਿਆ ਬਾਤ ਹੈ, ਇਹ ਬੜਾ ਪਿਆਰ ਆਰਟਿਸਟਾਂ ਵੱਲੋਂ ਹੈ। ਥੈਂਕ ਯੂ ਸਾਰੇ ਆਰਟਿਸਟਾਂ, ਇਹ ਬਹੁਤ ਵੱਡਾ ਭਾਅ ਜੀ ਇੱਕ ਭਰੋਸਾ ਹੈ ਅੱਜ ਦੇ ਟਾਈਮ ਜੀ ਜੀ ਜੀ, ਕਿਉਂਕਿ ਨਹੀਂ ਤਾਂ ਮਤਲਬ ਆਪਦੀ ਪ੍ਰੈਜੈਂਟੇਸ਼ਨ ਨੂੰ ਹਰੇਕ ਬੰਦਾ ਮੂਹਰੇ ਰੱਖਦਾ। ਜੇ ਮੈਂ ਕਿਸੇ ਨੂੰ ਨਾਲ ਲੈ ਕੇ ਜਾਵਾਂ ਤਾਂ ਮੈਂ ਹੀ ਚਾਹੂੰਗਾ ਕਿ ਹਾਂ ਯਾਰ ਮੇਰੇ ਨਾਲ ਦੇ ਬੰਦੇ ਦੀ ਵਾਹ ਵਾਹ ਹੋਵੇ ਉੱਥੇ, ਅਤੇ ਫਲਾਨਾ ਬੰਦਾ ਅਤੇ ਉਹਨੂੰ ਫਿੱਕਾ ਪਾ ਦਿਓ ਤੁਸੀਂ ਆਈਏ। ਭਾਅ ਜੀ, ਕਦੇ ਐਵੇਂ ਹੋਇਆ ਕਿ ਕਿਸੇ ਬੰਦੇ ਨੇ ਬਾ ਕਮਾਲ ਅੱਜ ਦੇ ਟਾਈਮ ਦੇ ਵਿੱਚ, ਅੱਜ ਕੱਲ੍ਹ ਦੇ ਜਿੰਨੇ ਨੇ, ਜਾਂ ਬੱਬੂ ਮਾਨ ਭਾਅ ਜੀ ਹੋਵੇ, ਕਿ ਬਾ ਕਮਾਲ ਵੈਸੇ ਹੀ ਤੁਸੀਂ ਉਹ ਕੰਪੋਜ਼ ਵੀ ਨਾ ਕੀਤਾ ਹੋਵੇ ਅਤੇ ਵੈਸੇ ਹੀ ਸੁਰ ਲਾਤਾ ਹੋਵੇ, ਬਾ ਕਮਾਲ ਦੀ ਗੱਲ ਹੋਈ ਹੋਵੇ? ਇਹਦੇ 'ਚ ਜਦੋਂ ਲਾਈਵ ਹੁੰਦਾ ਹੈ ਤਾਂ ਰਿਕਾਰਡਿੰਗ 'ਚ ਤਾਂ ਇੱਕ ਬੰਦਿਸ਼ ਰੱਖੀ ਹੁੰਦੀ ਹੈ ਅਸੀਂ। ਅੱਛਾ ਜੀ। ਕਿ ਉਹਦੇ 'ਚ ਕਿਉਂਕਿ ਕਾਰਡਸ ਵਗੈਰਾ ਸਭ ਹਾਂਜੀ ਸਾਰੇ ਲਿਖਦੇ ਆ ਨਾ, ਤਾਂ ਉਹਦੇ 'ਚ ਫਾਲਤੂ ਸੁਰ ਚਾਹੁੰਦਾ ਹੋਇਆ ਵੀ ਬੰਦਾ ਲਾ ਨਹੀਂ ਸਕਦਾ, ਲਾਈਵ 'ਚ ਬੰਦਾ ਲਗਾ ਦਿੰਦਾ। ਉਦੋਂ ਕਈ ਵਾਰ ਵਾਹ ਵਾਹ ਨਿਕਲਦੀ ਹੈ, ਕਈ ਵਾਰ ਅਸੀਂ ਆਪਣਾ, ਕਈ ਵਾਰ ਆਪਣੇ ਆਪ ਖੋ ਜਾਂਦੇ ਹਾਂ, ਕਈ ਵਾਰ ਮੁੰਦਰੀਆਂ ਸਾਰੀਆਂ ਦੇ ਦਿੰਦਾ, ਉਹ ਆਪ ਹੀ ਨਹੀਂ ਪਤਾ ਹੁੰਦਾ ਕਿ ਹੋ ਕੀ ਗਿਆ। ਅਤੇ ਉਦੋਂ ਕਈ ਵਾਰ ਹੋਇਆ, ਕਮਲ ਹੀਰੋ ਹੀ ਗਾ ਰਹੇ ਸੀ ਗੁਲਾਸਗੋ, ਉਹ ਇੰਨਾ ਅੱਛਾ ਲੱਗਿਆ ਮੈਨੂੰ, ਇਹ ਸੀ ਮੈਨੂੰ ਸਭ ਕੁਛ ਦੇ ਦੇਵਾਂ। ਅਤੇ ਇੱਦਾਂ ਦੇ ਹੋ ਜਾਂਦੇ ਕਿ ਐਸਾ ਐਸਾ ਸ਼ੋਅ ਕਰਦੇ ਹਾਂ ਤਾਂ ਉਦੋਂ ਇਹ ਹੁੰਦਾ ਕਿ ਸਭ ਕੁਛ ਇਹ ਬੰਦੇ ਨੂੰ ਦੇ ਦੀ। ਕਿਆ ਬਾਤ ਹੈ ਭਾਅ ਜੀ, ਮੇਰੇ ਖਿਆਲ 'ਚ ਕਿਸੇ ਸਿੰਗਰ ਨੂੰ ਜੇ ਤੁਸੀਂ ਮਤਲਬ ਕੁਛ ਦੇਣਾ ਹੈ ਤਾਂ ਤੁਸੀਂ ਉਹਨੂੰ ਕਹਿ ਦਿਓ ਕਿ ਆ ਸਟੂਡੀਓ 'ਚ ਅਤੇ ਗਾ, ਇਸ ਤੋਂ ਵੱਡੀ ਮੇਰੇ ਖਿਆਲ 'ਚ ਉਹਨੂੰ ਕੋਈ ਦਾਦ ਨਹੀਂ ਹੋਣੀ। ਅਤੇ ਭਾਅ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਚੱਲਦਾ ਹੀ ਰਹਿਣਾ ਸੀ, ਪਰ ਤੁਹਾਡੇ 'ਚ ਇਜਾਜ਼ਤ ਲੈਣ ਦਾ ਟਾਈਮ ਹੋ ਗਿਆ। ਪਰ ਜਾਂਦੇ ਜਾਂਦੇ ਅੱਜ ਕੱਲ੍ਹ ਦੇ ਮੁੰਡੇ ਜਿਹੜੇ, ਕਿਉਂਕਿ ਹਰ ਕੋਈ ਅੱਜ ਕੱਲ੍ਹ ਸਭ ਤੋਂ ਈਜ਼ੀ ਪਲੇਟਫਾਰਮ ਹੈ ਜਿਹੜਾ ਮੇਰੇ ਖਿਆਲ 'ਚ ਹਿੱਟ ਹੋਣ ਦਾ, ਉਹ ਸਿੰਗਿੰਗ ਆ ਜੀ ਜੀ। ਅੱਜ ਕੱਲ੍ਹ ਦੇ ਮੁੰਡੇ ਜਿਹੜੇ, ਪਰ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ, ਕੀ ਮਸ਼ਵਰਾ, ਕੀ ਸੰਦੇਸ਼ ਦੇਣਾ ਚਾਹੋਗੇ ਜੀ? ਸਭ ਤੋਂ ਪਹਿਲਾਂ ਜੀ, ਇੱਕ ਤਾਂ ਨਸ਼ਾ ਜਿਹੜਾ ਹੈ, ਇੱਕ ਤਾਂ ਸਟੈਮਿਨਾ ਵੀ ਘਟਾਉਂਦਾ ਹੈ, ਹੈ ਨਾ, ਅਤੇ ਤੁਹਾਡੀ ਇਮੇਜ ਨੂੰ ਵੀ ਖਰਾਬ ਕਰਦਾ। ਪਹਿਲੇ ਤਾਂ ਨਸ਼ੇ ਤੋਂ ਦੂਰ ਹੋ ਜੇ ਗਾਣਾ, ਕਿਉਂਕਿ ਇਹ ਵੀ ਆਪਣੇ ਆਪ 'ਚ ਭਲਵਾਨੀ ਹੈ। ਸਰੀਰ ਠੀਕ ਰਹੇਗਾ ਤੁਸੀਂ ਤਾਂ ਗਾ ਸਕਦੇ ਹੋ। ਫਿਰ ਅੱਛੇ ਗੁਰੂਆਂ ਕੋਲ ਜਾਓ, ਅੱਛਾ ਸਿੱਖ ਕੇ ਆਓ, ਅਤੇ ਕਾਮਯਾਬੀ ਤਾਂ ਕਰਮ ਕਰੋਗੇ ਤਾਂ ਕਾਮਯਾਬੀ ਲਿਖੀ ਹੋਈ ਹੈ, ਕਾਮਯਾਬੀ ਮਿਲੇਗੀ ਮਿਲੇਗੀ। ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅੱਛੇ ਗੁਰੂਆਂ ਕੋਲ ਸਿੱਖਣ, ਨਸ਼ਿਆਂ ਤੋਂ ਦੂਰ ਰਹਿਣ ਔਰ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨ, ਪੰਜਾਬੀ ਮਾਂ ਬੋਲੀ ਨੂੰ ਉੱਚਾ ਕਰੋ, ਜਿਹਦੇ ਨਾਲ ਸਾਡਾ ਵੀ ਸਿਰ ਉੱਚਾ ਹੋਵੇ। ਕਿਆ ਬਾਤ ਹੈ, ਕਿਆ ਬਾਤ ਹੈ ਭਾਅ ਜੀ, ਮੇਰੇ ਖਿਆਲ 'ਚ ਇੱਦੋਂ ਵਧੀਆ ਸੇਧ ਅੱਜ ਕੱਲ੍ਹ ਦੇ ਸਿੰਗਰਾਂ ਨੂੰ, ਅੱਜ ਕੱਲ੍ਹ ਦੇ ਜਿਹੜੇ ਨਵੇਂ ਮੁੰਡੇ ਐਜ਼ ਅ ਸਿੰਗਰ ਆਉਣਾ ਚਾਹੁੰਦੇ ਨੇ ਇੰਡਸਟਰੀ ਦੇ ਵਿੱਚ, ਉਹ ਨਹੀਂ ਹੋ ਸਕਦੀ। ਭਾਅ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੱਥੇ ਆਏ ਅਤੇ ਸਾਨੂੰ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੀਤੀਆਂ। ਸਤਿ ਸ਼੍ਰੀ ਅਕਾਲ ਭਾਅ ਜੀ। ਥੈਂਕ ਯੂ।
ਸੋ ਇਹ ਸੀ ਭਾਅ ਜੀ ਜਿਨ੍ਹਾਂ ਦੇ ਮਿਊਜ਼ਿਕ ਨੂੰ ਤੁਸੀਂ ਇੰਨਾ ਪਿਆਰ ਦਿੱਤਾ, ਮੇਰੇ ਖਿਆਲ 'ਚ ਇਹਨਾਂ ਗੱਲਾਂ ਨੂੰ ਵੀ ਤੁਸੀਂ ਉਨਾ ਜ਼ਿਆਦਾ ਪਿਆਰ ਦੇਵੋਗੇ। ਮਿਲਦੇ ਹਾਂ ਜੀ ਅਗਲੇ ਐਪੀਸੋਡ ਦੇ ਵਿੱਚ ਇੱਕ ਅਗਲੀ ਸ਼ਖਸੀਅਤ ਦੇ ਨਾਲ। ਉਦੋਂ ਤੱਕ ਸਾਨੂੰ ਦੋ ਇਜਾਜ਼ਤ, ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।